ਐਂਡ ਸਟੂਡੈਂਟਸ ਆਓ ਹੁਣ ਅਸੀਂ ਐਲਸੀਐਮ ਨੂੰ ਫਾਈਂਡ ਕਰਨ ਦੇ ਫਰਸਟ ਮੈਥਡ ਬਾਰੇ ਗੱਲ ਕਰਦੇ ਹਾਂ। देयर आर ਡਿਫਰੈਂਟ ਮੈਥਡ ਟੂ ਫਾਈਂਡ ਲੀਸਟ ਕਾਮਨ ਮਲਟੀਪਲ। ਪਰ ਅੱਜ ਅਸੀਂ ਸਿਰਫ ਦੋ ਮੈਥਡ ਦੀ ਗੱਲ ਕਰਾਂਗੇ। ਇੱਕ ਹੈ ਪ੍ਰਾਈਮ ਫੈਕਟਰੀਜ਼ੇਸ਼ਨ ਅਤੇ ਦੂਸਰਾ ਹੈ ਡਿਵੀਜ਼ਨ ਮੈਥਡ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਾਈਮ ਫੈਕਟਰੀਜ਼ੇਸ਼ਨ ਮੈਥਡ ਦੇ ਨਾਲ ਐਲਸੀਐਮ ਨੂੰ ਫਾਈਂਡ ਕਰਨ ਬਾਰੇ ਦੱਸਾਂਗੀ। ਅੱਪਾ ਇੱਕ ਐਗਜ਼ਾਮਪਲ ਲੈ ਕੇ ਇਸ ਨੂੰ ਸੋਲਵ ਕਰਦੇ ਹਾਂ ਮੰਨ ਲਓ ਤੁਸੀਂ 18 20 ਐਂਡ 24 ਦਾ ਐਲਸੀਮ ਫਾਈਂਡ ਕਰਨਾ ਹੈ ਇਸ ਵਾਸਤੇ ਅਸੀਂ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਯੂਜ਼ ਕਰਾਂਗੇ ਬਾਏ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਇਸ ਵਾਸਤੇ ਤੁਸੀਂ ਕੀ ਕਰੋਗੇ ਕਿ 18 20 اور 24 دے پرائم فیکٹرز فائنڈ کرو گے اس کر کے میں اننوں الگ الگ لکھیا ہے 18 2 9 0, 18 9 3, 3, 0, 9, 3 0, 9 3 3 0, 3 اس سارے پرائم نمبرز ਸਾਡੇ ਆ ਚੁੱਕੇ ਹਨ ਉਸ ਤੋਂ ਬਾਅਦ 20 20 ਆਸੋ ਡਿਵਾਈডেਡ ਬਾਈ 2 10 ਇਸ ਡਿਵਾਈডেਡ ਬਾਈ 5 5 0, 5 नेक्स्ट 24 ਇਟ ਇਜ਼ ਆਲਸੋ ਡਿਵਾਈਡਿਡ ਬਾਈ 2 ਨੈਕਸਟ ਅਗੇਨ ਡਿਵਾਈਡਿਡ ਬਾਈ 2 ਅਗੇਨ ਡਿਵਾਈਡਿਡ ਬਾਈ 2 ਨੈਕਸਟ ਇਜ਼ 3 ਓਕੇ ਤੁਸੀਂ ਦੇਖ ਸਕਦੇ ਹੋ ਕਿ ਲੈਫਟ ਸਾਈਡ ਤੇ ਸਾਡੇ ਪ੍ਰਾਈਮ ਨੰਬਰ ਆ ਚੁੱਕੇ ਹਨ ਹੁਣ ਤੁਸੀਂ ਕੀ ਕਰੋਗੇ ਕਿ 18 ਦੇ ਪ੍ਰਾਈਮ ਫੈਕਟਰਸ ਨੂੰ ਇਸ ਤਰੀਕੇ ਨਾਲ ਲਿਖ ਲੋਗੇ ਇਸੇ ਤਰੀਕੇ ਨਾਲ ਜੋ 20 ਦੇ ਪ੍ਰਾਈਮ ਫੈਕਟਰਸ ਹਨ ਉਹਨਾਂ ਨੂੰ ਵੀ ਤੁਸੀਂ ਇਸ ਤਰੀਕੇ ਦੇ ਨਾਲ ਮਲਟੀਪਲਾਈ ਪਾ ਕੇ ਰਾਈਟ ਕਰੋਗੇ ਨੈਕਸਟ ਹੈ 24 ਠੀਕ ਹੈ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੇ ਜੋ ਪ੍ਰਾਈਮ ਫੈਕਟਰਸ ਆਏ ਹਨ ਉਹਨਾਂ ਨੂੰ ਲਿਖ ਚੁੱਕੇ ਹਾਂ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਇਹਨਾਂ ਦੇ ਜਿਹੜੇ ਪ੍ਰਾਈਮ ਫੈਕਟਰਸ ਆ ਉਹਨਾਂ ਨੂੰ ਪਾਵਰ ਦੇ ਵਿੱਚ ਲਿਖਾਂਗੇ ਮੰਨ ਲਓ ਕਿ ਇਹ 2 ਹੈ 2 ਸਿਰਫ ਇੱਕੋ ਵਾਰੀ ਰਿਪੀਟ ਹੋਇਆ ਇਸ ਕਰਕੇ ਇਸਦੀ ਪਾਵਰ 1 ਆਵੇਗੀ ਉਸ ਤੋਂ ਬਾਅਦ ਮਲਟੀਪਲਾਈ 3 3 ਦੋ ਵਾਰੀ ਰਿਪੀਟ ਹੋਇਆ 3 ਦੀ ਪਾਵਰ 2 ਨੈਕਸਟ ਹੈ 20 2 ਜੋ ਹੈ ਇਹਦੇ ਵਿੱਚ 2 ਵਾਰੀ ਰਿਪੀਟ ਹੋਇਆ 2 ਦੀ ਪਾਵਰ 2 5 ਸਿਰਫ ਇੱਕੋ ਵਾਰੀ ਰਿਪੀਟ ਹੋਇਆ ਇਸ ਕਰਕੇ 5 ਦੀ ਪਾਵਰ 1 ਓਕੇ ਇਹਦੇ ਵਿੱਚ 2 ਜੋ ਹੈ ਉਹ 3 ਵਾਰੀ ਰਿਪੀਟ ਹੋਇਆ ਹੈ 2 ਦੀ ਪਾਵਰ 3 ਨੈਕਸਟ 3 3 ਦੀ ਪਾਵਰ 1 ਕਿਉਂਕਿ 3 ਸਿਰਫ ਇੱਕੋ ਵਾਰੀ ਰਿਪੀਟ ਹੋਇਆ ਇਹ ਕਰਨਾ ਸਾਡੇ ਵਾਸਤੇ ਈਜ਼ੀ ਹੋ ਜਾਂਦਾ ਆ ਕਿਉਂਕਿ ਜਦੋਂ ਆਪਾਂ LCM ਫਾਈਂਡ ਕਰਨੇ ਆ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੁੰਦਾ ਹੈ ਕਿ ਜਿਹਦੀ ਸਭ ਤੋਂ ਵੱਡੀ ਪਾਵਰ ਹੋਵੇ ਨਾ ਸਿਰਫ ਉਹ ਹੀ ਡਿਜੀਟ ਅਹੀਂ ਚੁੱਕ ਕੇ LCM ਦੇ ਵਿੱਚ ਲਿਖਣਾ ਹੁੰਦਾ ਹੈ ਜਿੱਦਾਂ ਹੁਣ ਦੇਖੋ ਤੁਸੀਂ ਕਿ 2 ਇਹਦੇ ਵਿੱਚ ਵੀ ਆ ਇਹਦੇ ਵਿੱਚ ਵੀ ਆ ਇਹਦੇ ਵਿੱਚ ਵੀ ਆ ਅਸੀਂ ਕਿਸ ਨੂੰ ਪਿਕਅਪ ਕਰਨਾ ਹੁੰਦਾ ਹੈ ਜੀ ਦੀ ਪਾਵਰ ਵੱਧ ਹੋਵੇ ਠੀਕ ਹੈ ਇਹਦੇ ਵਿੱਚ 2 ਦੀ ਪਾਵਰ 3 ਜਿਹੜੀ ਆ ਸਭ ਤੋਂ ਵੱਧ ਹੈ ਇਸ ਕਰਕੇ ਅਸੀਂ ਇਸ ਨੂੰ ਪਿਕਅਪ ਕਰਾਂਗੇ ਬਾਕੀ ਜਿਹੜੇ ਲੀਸਟ ਪਾਵਰ ਵਾਲੇ ਉਹਨਾਂ ਨੂੰ ਆਪਾਂ ਰਹਿਣ ਦਵਾਂਗੇ 3 3 ਸਿਰਫ ਇੱਕੋ ਵਾਰੀ ਰਿਪੀਟ ਹੋ ਰਿਹਾ ਹੈ ਇਹਦੇ ਵਿੱਚ ਦੋ ਵਾਰੀ ਆਪਾਂ ਜਿਹੜਾ 2 ਟਾਈਮ ਵਾਲਾ 3 ਹੈ ਉਸ ਨੂੰ ਪਿਕਅਪ ਕਰਾਂਗੇ ਨੈਕਸਟ ਹੈ 5 5 ਸਿਰਫ ਇੱਕੋ ਵਾਰੀ ਰਿਪੀਟ ਹੋ ਰਿਹਾ ਹੈ ਇਸ ਕਰਕੇ 5 ਨੂੰ ਆਪਾਂ ਇੱਕੋ ਵਾਰੀ ਰਿਪੀਟ ਕਰਾਂਗੇ ਨੈਕਸਟ ਹੈ 2 ਦੀ ਪਾਵਰ 3 ਇਸ ਨੂੰ ਅਸੀਂ 3 ਵਾਰੀ ਲਿਖਾਂਗੇ 3 ਦੀ ਪਾਵਰ 2 ਇਸ ਨੂੰ ਅਸੀਂ 2 ਵਾਰੀ ਲਿਖਾਂਗੇ 5 ਦੀ ਪਾਵਰ 1 ਆ 5 ਨੂੰ ਇੱਕ ਵਾਰੀ ਲਿਖਾਂਗੇ ਇਹਨਾਂ ਨੂੰ ਅਸੀਂ ਮਲਟੀਪਲਾਈ ਕਰਕੇ ਇਸ ਤਰੀਕੇ ਦੇ ਨਾਲ ਐਲਸੀਐਮ ਫਾਈਂਡ ਕਰ ਸਕਦੇ ਹਾਂ ਠੀਕ ਹੈ ਇਹ ਤਾਂ ਸੀਗਾ ਸਾਡਾ ਫਰਸਟ ਮੈਥਡ ਆਓ ਹੁਣ ਅਸੀਂ ਸੈਕੰਡ ਮੈਥਡ ਦੀ ਗੱਲ ਕਰਦੇ ਹਾਂ ਹਾਂਜੀ ਹੁਣ ਅਸੀਂ ਸੈਕੰਡ ਸਟੈਪ ਡਿਵੀਜ਼ਨ ਮੈਥਡ ਦੀ ਗੱਲ ਕਰਾਂਗੇ ਟਵੀਜ਼ਨ ਮੈਥਡ ਦੇ ਵਿੱਚ ਤੁਸੀਂ ਕੀ ਕਰਨਾ ਹੈ ਹੁੰਦਾ ਹੈ ਕਿ 18 20 ਔਰ 24 ਨੂੰ ਇੱਕੋ ਵਾਰ ਇਸ ਤਰੀਕੇ ਨਾਲ ਲਿਖਣਾ ਹੁੰਦਾ ਹੈ ਫਿਰ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਜੋ 18 20 24 ਹੈ ਉਹ ਕਿਹੜੇ ਪ੍ਰਾਈਮ ਨੰਬਰ ਦੇ ਉੱਪਰ ਡਿਵਾਈਡ ਹੋ ਰਿਹਾ 2 ਦੇ ਉੱਪਰ ਸਾਰੇ ਦੇ ਸਾਰੇ 2 9s ਆ 18 2 10s ਆ 20 2 12s ਆ 24 ਨੈਕਸਟ 9 ਤੇ 2 ਦੇ ਟੇਬਲ ਤੇ ਡਿਵਾਈਡ ਨਹੀਂ ਹੋ ਰਿਹਾ ਇਸ ਕਰਕੇ 9 ਨੂੰ ਤੁਸੀਂ ਇਸੇ ਤਰੀਕੇ ਨਾਲ ਲਿਖ ਲੋਗੇ ਨੈਕਸਟ 5 ਔਰ 12 ਦੋਵੇਂ ਹੀ 2 ਦੇ ਟੇਬਲ ਨਾਲ ਡਿਵਾਈਡ ਹੋ ਰਹੇ ਆ ਇਨਾਂ ਦੋਵਾਂ ਨੂੰ ਅਸੀਂ 2 ਦੇ ਟੇਬਲ ਦੇ ਡਿਵਾਈਡ ਕਰ ਦੇਵਾਂਗੇ ਨੈਕਸਟ ਹੈ 9 2 ਦੇ ਟੇਬਲ ਦੇ ਡਿਵਾਈਡ ਨਹੀਂ ਹੋ ਰਿਹਾ ਇਹਨੂੰ ਇਸੇ ਤਰੀਕੇ ਨਾਲ ਲਿਖ ਲਓ 5 ਨੂੰ ਵੀ ਇਸੇ ਤਰੀਕੇ ਨਾਲ ਲਿਖ ਲਓ ਕਿਉਂਕਿ ਦੋਵੇਂ ਹੀ 2 ਦੇ ਟੇਬਲ ਨਾਲ ਡਿਵਾਈਡ ਨਹੀਂ ਹੁੰਦੇ 6 ਹੁੰਦਾ 2 3 6 ਤੁਸੀਂ ਦੇਖੋ ਕਿ ਹੁਣ ਇਹ ਤਿੰਨੇ ਡਿਜੀਟ ਜੋ ਹੈ ਉਹ 2 ਦੇ ਪ੍ਰਾਈਮ ਨੰਬਰ ਦੇ ਡਿਵਾਈਡ ਨਹੀਂ ਹੋ ਰਹੇ ਅਸੀਂ ਕੀ ਕਰਾਂਗੇ ਕਿ ਜੋ 3 ਵਾਲਾ ਹੈ ਪਹਿਲਾਂ ਅਸੀਂ ਉਸ ਨੂੰ ਫਿਨਿਸ਼ ਕਰ ਲੈਣੇ ਹਾਂ 3 3 9 5 3 ਦੇ ਟੇਬਲ ਤੇ ਨਹੀਂ ਆਂਦਾ ਇਸ ਕਰਕੇ ਸਾਨੂੰ ਇਸੇ ਤਰੀਕੇ ਨਾਲ ਲਿਖ ਲਾਂਗੇ 3 1 3 ਨੈਕਸਟ 3 1 3 5 ਨੂੰ ਵੀ ਇਸੇ ਤਰੀਕੇ ਨਾਲ ਲਿਖਾਂਗੇ ਸਾਡੇ ਕੋਲ ਸਿਰਫ 5 ਬਚ ਗਿਆ 5 ਇਸ ਡਿਵਾਈਡਡ ਬਾਏ ਇਟਸੈਲਫ ਓਕੇ ਇਸ ਤਰੀਕੇ ਨਾਲ ਤੁਸੀਂ ਹੁਣ ਜੋ ਆ ਇਧਰ ਵਾਲੇ ਪ੍ਰਾਈਮ ਨੰਬਰ ਆਏ ਹਨ ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਲਿਖ ਲੋਗੇ ਔਰ ਸਾਰਿਆਂ ਨੂੰ ਮਲਟੀਪਲਾਈ ਕਰੋਗੇ ਸਾਰਿਆਂ ਨੂੰ ਮਲਟੀਪਲਾਈ ਕਰਕੇ ਤੁਹਾਡਾ 360 ਆਏਗਾ ਠੀਕ ਹੈ ਦੇਖ ਸਕਦੇ ਹੋ ਕਿ ਡਿਵੀਜ਼ਨ ਮੈਥਡ ਨਾਲ ਵੀ ਉਹੀ ਆਨਸਰ ਆਇਆ ਔਰ ਪ੍ਰਾਈਮ ਫੈਕਟਰਾਇਜ਼ੇਸ਼ਨ ਦੇ ਨਾਲ ਵੀ ਉਹੀ ਆਨਸਰ ਆਇਆ ਹੈ ਇਸ ਤਰੀਕੇ ਨਾਲ ਤੁਸੀਂ ਕੁਝ ਹੋਰ ਐਗਜ਼ਾਮਪਲ ਲੈ ਕੇ ਟਰਾਈ ਕਰੋ ਇਹਨਾਂ ਨੂੰ ਕਾਫੀ ਈਜ਼ੀ ਆ ਥੈਂਕਸ ਫॉर ਵਾਚਿੰਗ